काम क्रोध लोभ मोह बिनस जाए अहमे नानक प्रभ शरणागति कर प्रसाद गुरुदेव तुम तन तनी उधार त्यागी श्रम नन सुनियत सुजस तुमार मांगू काहे रंक सब देखूं तुझे ही ते मेरो निस्तार सो कहो टल गुर सेविया अहनिस सहज सुपाए दर्शन परसै गुरु का जन्म मरण दुख जाए सतनाम वाहे गुरु साहिब जी तनासुरी महला पहला जियो तपत है बारो बार तप तप खपै बहुत बेकार जय तन बाणी विसर जाए ज्यों पक्का रोगी विल लाए जियो तपत है बारो बार तप तप खपै बहुत बेकार जय तन बाणी विसर जाए ज्यों पक्का रोगी विल लाए बहुता बोलन चखण होए विण बोले जाने सब सोए रहाओ जिन कान कीते अखी नाक जिन जिहवा दित्ती बोले तात जिन मन राखिया अग्नि पाए वाजे पवन आखे सब जाए जेता मोह प्रीत सुआद सबा कालख दागा दाग दाग दोष मह चले आलाए दरगह बैसन ना ही जाए कर्म मिले आखन तेरा नाओ जित लग तरना होर नहीं थाओ जे को डूबे फिर होवे सार नानक साचा सर्व दातार कर्म मिले आखन तेरा नाओ जित लग तरना होर नहीं थाओ जे को डूबे फिर होवे सार नानक साचा सर्व दातार वाहिगुरु जी का खालसा वाहिगुरु जी की फतेह। गुरु प्यारी साध संगत जी ये पावन शब्द जो सारिया ने सरवण किया तनासरी राग दे विच गुरु नानक साहिब सच्चे पातशाह जी दे पावन मुखारबिन तो उच्चारण किया होया इस पावन शब्द दे विच गुरु कृपालू जी उपदेश देंदे ने जिस जीव दे अंदरों परमात्मा दे बोल विसर गए उदे तो वड्डा रोगी इस संसार दे विच होर कोई नहीं। मनुख दा सुभा ए ओ परमात्मा नू उलामे देंदा रहिंदा बहुती बारी
ਉਹ ਉਲਾਮੇ ਉਹਦੇ ਆਪਣੇ ਹੀ ਦੁੱਖਾਂ ਦੇ ਵਿੱਚੋਂ ਰੋਸ ਵਜੋਂ ਪ੍ਰਗਟ ਹੁੰਦੇ ਨੇ ਔਰ ਉਹ ਦੁੱਖ ਪਰਮਾਤਮਾ ਉਹਨੂੰ ਨਹੀਂ ਦਿੰਦਾ, ਮਨੁੱਖ ਨੇ ਆਪਣੇ ਕਰਮਾਂ ਕਰਕੇ ਸਹੇੜੇ ਹੁੰਦੇ ਨੇ। ਔਰ ਸਾਹਿਬ ਕਹਿੰਦੇ ਨੇ ਪਰਮਾਤਮਾ ਨੂੰ ਦੋਸ਼ ਦੇਣਾ, ਉਹਨੂੰ ਵਾਰ ਵਾਰ ਕਿਸੇ ਗੱਲ ਵਾਸਤੇ ਕਹਿਣਾ, ਇਹ ਜਿਹੜੇ ਬੋਲ ਨੇ ਸਾਹਿਬ ਕਹਿੰਦੇ ਨੇ ਉਹ ਵਿਅਰਥ ਦੇ ਬੋਲ ਨੇ, ਕਿਉਂਕਿ ਪਰਮਾਤਮਾ ਸਾਡੇ ਕਹਿਣ ਤੋਂ ਬਗੈਰ ਵੀ ਸਭ ਕੁਝ ਜਾਣਦਾ। ਤੋ ਸਾਧ ਸੰਗਤ ਜੀ, ਪਾਵਨ ਸ਼ਬਦ ਦਾ ਆਰੰਭ ਹੈ, ਸਾਹਿਬ ਕਹਿੰਦੇ ਨੇ ਤਨਾਸਰੀ ਮਹੱਲਾ ਪਹਿਲਾ, ਤਨਾਸਰੀ ਰਾਗ ਹੈ, ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਫਿਲ ਲਾਏ। ਇਸ ਸ਼ਬਦ ਦਾ ਪਹਿਲਾ ਬੰਦ ਹੈ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਆਤਮਾ ਦੁਖੀ ਹੁੰਦੀ ਹੈ, ਮਨ ਅੰਦਰੋਂ ਹਰ ਸਮੇਂ ਦੁੱਖ 'ਚ ਰਹਿੰਦਾ ਹੈ, ਔਰ ਉਹ ਦੁੱਖ ਨਿਰੰਤਰ ਬਣਿਆ ਰਹਿੰਦਾ। ਦੁੱਖ ਦੇ ਕਰਕੇ ਮਨ ਤੜਫਦਾ, ਆਤਮਾ ਪਰੇਸ਼ਾਨ ਹੁੰਦੀ ਹੈ, ਔਰ ਉਸ ਖੁਆਰੀ ਦੇ ਵਿੱਚ ਸਿਵਾਏ ਦੁੱਖ ਤੋਂ ਪ੍ਰਾਪਤੀ ਹੋਰ ਕੁਝ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਸ ਦੁੱਖ ਦਾ ਕਾਰਨ ਕੀ ਹੈ, ਜੇ ਇੰਨੀ ਗੰਭੀਰ ਸਮੱਸਿਆ ਬਣ ਗਈ ਅੰਦਰ, ਤਾਂ ਉਹਦਾ ਕਾਰਨ ਤਾਂ ਜ਼ਰੂਰ ਕੋਈ ਗੰਭੀਰ ਹੀ ਹੋਏਗਾ ਨਾ, ਕੋਈ ਉਹਦੀ ਸੀਰੀਅਸ ਰੀਜ਼ਨ ਹੋਊਗਾ। ਤਾਂ ਸਾਹਿਬ ਕਹਿੰਦੇ ਨੇ ਜੈ ਤਨ ਬਾਣੀ ਵਿਸਰ ਜਾਏ, ਉਹਦਾ ਕਾਰਨ ਇਹ ਹੈ ਜਿਹਦੇ ਅੰਦਰੋਂ ਪਰਮਾਤਮਾ ਦੀ ਯਾਦ ਵਿਸਰ ਗਈ, ਪਰਮਾਤਮਾ ਦੇ ਬੋਲ ਵਿਸਰ ਗਏ, ਪਰਮਾਤਮਾ ਦਾ ਉਪਦੇਸ਼ ਵਿਸਰ ਗਿਆ। ਸਾਹਿਬ ਕਹਿੰਦੇ ਨੇ ਉਹਨੂੰ ਇਹ ਤਕਲੀਫ ਬਣੀ ਰਹਿੰਦੀ ਹੈ। ਔਰ ਇਹ ਤਕਲੀਫ ਕਿਸ ਰੂਪ 'ਚ ਹੈ, ਸੱਚੇ ਪਾਤਸ਼ਾਹ ਕਹਿੰਦੇ ਨੇ ਜਿਉਂ ਪੱਕਾ ਰੋਗੀ ਵਿਲ ਲਾਏ। ਪੱਕਾ ਰੋਗੀ ਹੁੰਦਾ ਕੋੜ ਹੀ, ਜਿਹਨੂੰ ਕੋੜ ਦਾ ਰੋਗ ਹੋਵੇ। ਤੋ ਕੋੜ ਦੇ ਰੋਗ ਦਾ ਇਲਾਜ ਕੋਈ ਨਹੀਂ ਹੁੰਦਾ, ਉਹਦੇ ਕਰਕੇ ਮਨੁੱਖ ਸੰਤਾਪ 'ਚ ਰਹਿੰਦਾ, ਸਰੀਰਕ ਪੀੜਾ 'ਚ, ਮਾਨਸਿਕ ਸੰਤਾਪ ਦੇ ਵਿੱਚ, ਪੀੜਾ ਜਿਹਦਾ ਕੋਈ ਇਲਾਜ ਨਹੀਂ। ਸੰਤਾਪ ਉਸ ਪੀੜਾ ਦੇ ਵਿੱਚੋਂ ਹੀ ਪੈਦਾ ਹੁੰਦਾ, ਇੱਕ ਕਿਸਮ ਦਾ ਪਛਤਾਵਾ ਕਹਿ ਲਈਏ। ਔਰ ਉਸ ਪਛਤਾਵੇ ਦੇ ਵਿੱਚ ਮਨੁੱਖ ਦਾ ਜਿਹੜਾ ਹੈ ਕੋਈ ਆਪਣੇ ਆਪ ਦੇ ਵਿੱਚ ਕਨਫੈਸ਼ਨ ਨਹੀਂ ਚੱਲ ਰਿਹਾ ਵੀ ਇਹ ਦੁੱਖ ਮੈਨੂੰ ਇਸ ਕਰਕੇ ਹੋਇਆ, ਵੀ ਮੇਰੀ ਕਿਸੇ ਕਮਜ਼ੋਰੀ ਕਰਕੇ। ਉਲਟਾ ਰੱਬ ਨੂੰ ਮਨੁੱਖ ਦੋਸ਼ੀ ਠਹਿਰਾਉਂਦਾ। ਆਪਾਂ ਬਹੁਤ ਵਾਰੀ ਆਮ ਹੀ ਸੰਸਾਰ ਦੇ ਵਿੱਚ ਸੁਣਿਆ ਹੋ, ਬਹੁਤ ਵਾਰੀ ਆਪਣੇ ਨਜ਼ਦੀਕੀਆਂ ਦੇ ਕੋਲੋਂ ਕੋਈ ਪ੍ਰੋਬਲਮ ਆ ਜਾਏ ਤਾਂ ਕਹਿੰਦੇ ਨੇ ਵੀ ਰੱਬ ਨੇ ਸਾਨੂੰ ਹੀ ਪਾ ਦਿੱਤੀ, ਸਾਡੇ ਨਾਲ ਹੀ ਰੱਬ ਨੇ ਐਵੇਂ ਕਰਨਾ ਸੀ। ਆਪਾਂ ਬਹੁਤ ਵਾਰੀ ਇਹ ਚੀਜ਼ਾਂ ਸੁਣਦੇ ਹਾਂ। ਤਾਂ ਮਹਾਰਾਜ ਕਹਿੰਦੇ ਨੇ ਵੀ ਪਰਮਾਤਮਾ ਤਾਂ ਕਿਸੇ ਦਾ ਦੁਸ਼ਮਣ ਹੈ ਨਹੀਂ, ਨਾ ਹੀ ਪਰਮਾਤਮਾ ਨੂੰ ਕਿਸੇ ਨਾਲ ਵਿਰੋਧ ਆ। ਮਨੁੱਖ ਆਪਣੇ ਕਰਮ ਕਰਕੇ ਹੀ ਦੁੱਖ ਅਤੇ ਸੁੱਖ ਭੋਗਦਾ, ਔਰ ਬਹੁਤੀ ਵਾਰੀ ਉਹ ਆਪਣੇ ਜਿਹੜੀਆਂ ਦੁੱਖ ਨੇ ਉਹਨਾਂ ਦਾ ਬਲੇਮ ਵੀ ਪਰਮਾਤਮਾ ਨੂੰ ਹੀ ਕਰਦਾ ਵੀ ਹੋਰ ਲੋਕਾਂ ਨੂੰ ਤੂੰ ਸੁੱਖ ਦਿੱਤੇ ਨੇ, ਸਾਨੂੰ ਤੂੰ ਦੁੱਖ ਦਿੰਦਾ। ਤਾਂ ਸਾਹਿਬ ਉਹਦਾ ਨਿਤਾਰਾ ਅਗਲੀ ਪੰਕਤੀ 'ਚ ਕਰ ਦਿੰਦੇ ਨੇ, ਜਦੋਂ ਸਾਹਿਬ ਕਹਿੰਦੇ ਨੇ ਬਹੁਤਾ ਬੋਲਣ ਚੱਖਣ ਹੋਏ, ਵੀ ਰੱਬ ਦੇ ਸੰਬੰਧ 'ਚ ਇਸ ਕਿਸਮ ਦੀਆਂ ਗੱਲਾਂ ਕਰਨੀਆਂ ਇਹ ਬੋਲ ਖੁਆਰ ਕਰਨ ਦੇ ਬਰਾਬਰ ਹੀ ਹੈ, ਕਿਉਂਕਿ ਆ ਪਰਮਾਤਮਾ ਤਾਂ ਖੁਦ ਜਾਣਦਾ ਸਭ ਕੁਝ। ਵਿਣ ਬੋਲੇ ਜਾਣਾ ਸਭ ਸੋਏ, ਵਿਣ ਬੋਲੇ ਜਾਣਾ ਸਭ ਸੋਏ, ਪਰਮਾਤਮਾ ਸਾਡੇ ਕਹਿਣ ਤੋਂ ਬਗੈਰ ਵੀ ਹਰ ਚੀਜ਼ ਦੇ ਰੀਜ਼ਨ ਨੂੰ ਜਾਣਦਾ ਹੈ। ਸਾਡੀ ਹਰ ਤਰ੍ਹਾਂ ਦੀ ਪ੍ਰੋਬਲਮ ਉਹਦਾ ਬੇਸ ਕੀ ਰਿਹਾ ਹੋਏਗਾ, ਕਾਰਨ ਕੀ ਰਿਹਾ ਹੋਏਗਾ, ਇਹ ਵੀ ਪਰਮਾਤਮਾ ਜਾਣਦਾ। ਇਸ ਕਰਕੇ ਉਹਨੂੰ ਕਿਸੇ ਰੂਪ ਦੇ ਵਿੱਚ ਦੋਸ਼ੀ ਠਹਿਰਾਉਣਾ, ਕਿਸੇ ਵੀ ਰੂਪ ਦੇ ਵਿੱਚ ਪਰਮਾਤਮਾ 'ਤੇ ਕੋਈ ਬਲੇਮ ਕਰਨਾ, ਸਾਹਿਬ ਕਹਿੰਦੇ ਨੇ ਇਹ ਬੋਲ ਖੁਆਰ ਕਰਨ ਦੇ ਤੁੱਲ ਹੀ ਹੈ, ਮਨੁੱਖ ਨੂੰ ਉਹਦੇ ਵਿੱਚੋਂ ਪ੍ਰਾਪਤ ਕੁਝ ਨਹੀਂ ਹੁੰਦਾ। ਰਹਾਉ ਉਹ ਪਰਮਾਤਮਾ ਜਿਹੜਾ ਮਨੁੱਖ ਨੂੰ ਸਭ ਕੁਝ ਉਹਦੇ ਬਿਨਾਂ ਕਹਿਣ ਤੋਂ ਦਿੰਦਾ ਹੈ, ਉਹਨੇ ਹਰ ਚੀਜ਼ ਦਾ ਪ੍ਰਬੰਧ ਪਰਮਾਤਮਾ ਨੇ ਪਹਿਲਾਂ ਕੀਤਾ।
महाराज बाणी च बड़ी कमाल की गल लिखते हैं, वो कहते हैं भी जीव को पैदा करने तो पहला परमात्मा ने उहदे रिजक का प्रबंध किया, उहदे जीवन का प्रबंध किया सारा, और फिर भी मनुख के मन के परमात्मा प्रति विरोध ही रहिंदा है, बहुत ही वारी उहनू शिकायत ही करता है, शुक्र च घट जुड़ता है। सच्चे पातशाह कहिंदे ने जिन कन्न कीते अखी नाक, जिन जिहवा दित्ती बोले तात, जिन्हें आ साडा सारा फिजिकल स्ट्रक्चर बनाया, सानू अखां दित्तियां, नक दित्तियां, यानी रूप रस गंध शब्द स्पर्श दी जिहड़ियां सारियां इंद्रियां ने परमात्मा ने सानू अपने आप च ही दित्तियां होईयां ने, और बिना साडी मंग तों दित्तियां ने। जिन जिहवा दित्ती बोले तात, उन्हें एक जुबान दित्ती है जिहड़ी जिहदे नाल असीं गल कर सकते हैं, जिहदे नाल कुछ बोल के दस सकते हैं, जिहदे नाल परमात्मा की सिफत भी की जा सकती है, जिहदे नाल परमात्मा का विरोध भी किया जा सकता है। लफज उही ने, बस उन्होंने वर्तना किस रूप के रुख में परमात्मा ने दिती हुई है, गुरु राही उन्होंने ज्ञान होंदा है भी उन्हें किहड़े लफज जिहड़े ने उच्चारण करने ने। तो साहिब कहिंदे ने जिस परमात्मा ने इन्हूं इन्ना कुछ दिता है, उस तो अगे जिन मन राख्या अग्नि पाए, जिन्हें इन्हूं माता दी जठ रगन दे विच भी सेक तो बचा के रखिया, वाजै पवन आखै सब जाए, फिर उन्हें उस संसार दे विच लियांदा मां दी कुख तो संसार दे विच। परमात्मा इन्नी कमाल दी लाइफ प्रोसैसिंग दे विचों सानू कढ़दा है, जदों असीं धरती ते आउंदे आ वो सारी किस्म की प्रोटैक्शन या प्रतिपालना जिहड़ी परमात्मा की हुई है, वह मनुख की उहदे विच कोई सहायता नहीं होंदी, सिर्फ एक जरिया है मनुख दे। तो जो परमात्मा इन्ना कुछ प्लान करके इन्नी केयर दे नाल मनुख नूं दुनिया दे विच लैके आउंदा है, तो सोचण वाली गल इह है महाराज जी की बाणी दे विच उपदेश रूप दे विच जिवें महाराज सानूं समझांदे ने वी मनुख नूं इन्ना कुछ होण दे बावजूद भी परमात्मा ते रोस क्यों होंदा है, उहनू क्यों लगता भी रब मेरे खिलाफ ही चलता है। तो इहदा मतलब भी मनुख अपने कर्म करके हकीकत तों आप ही पर्दियां च हुंदा, परमात्मा ने तो उहनू स्पष्ट ही किया है, स्पष्ट ही रख्या है, पर मनुख अपनी अज्ञानता करके पर्दे च रहिंदा है, जिस सदका उहनू जो बनिया जां उहदा दुआला भी उहनू बुरा नज़र आउंदा है। परमात्मा नूं वी ओह कबूल बोल दिंदा और बहुत ही वारी उहनूं दोष ही दिंदा। तो साहिब कहिंदे ने इहदा कारण है जेता मोह प्रीत सुआद सभा कालख दागा दाग, ये परदे किहड़ी कौन पैदा करदा है, तो वह है परदा मोह करके है, दुनियावी प्रीत है, मनुख दे इंद्रियावी सुख या सुआद ने, ये सारे परमात्मा दे रस तो इन्हू विरवा कर देंगे, सखना कर देंगे, जो दे तो दूर लै जाते हैं। मनुखे दे विच फस के परमात्मा नू बजाए दे कि उहदी सिफत करे, परमात्मा नू वो दोष देंदा है। तो साहिब कहिंदे ने इह की है, सभा कालख दागा दाग, ये मोह प्रीत ते सुआद करके परमात्मा तो जिहड़ा टुटना है मनुख का, और परमात्मा ते गिला करना है, वह समझो भी मनुख अपने मूँह के उत्ते एक दाग ला लैंदा है, कालख ला लैंदा है, जिहदे सदका वह परमात्मा के दरबार चों उहदी प्रवानगी नहीं। तो साहिब कहिंदे ने ये दाग दोष का मतलब यह भी होया सतसंग जी भी जिवें अज्ञानता जिहड़ी इन्नी वड्डी पद्धर ते वध जांदी मनुख के अंदर भी उहनूं सच नज़र नहीं आउंदा, उहनूं हकीकत नज़र नहीं आउंदी, रब वाला पासा उहनूं दिसदा नहीं। दाग दोष मोह चलिया लाए, फिर अपनी इस अज्ञानता का जिहड़ा दाग दोष है या कालख है, अपने मूँह ते ला के वापस परमात्मा दे दर ते जांदा है, यानी इन्ना भार लै के मनुख संसार तो तुर गया जिहदे विच परमात्मा का शुक्र ते किते रिहा नहीं सी, परमात्मा ते गिला रिहा उहनू। तो साहिब कहिंदे ने दरगाह बैसन ना ही जाए, फिर परमात्मा दे दरबार च उहनू थां ना मिली। जिहदा असीं विरोध करदे रहीए, जिहदे ते गिला करदे रहीए, जे सानूं उहदे कोल खड़े होण दा मौका मिल जाए,
ਅਸੀਂ ਉਹਦੇ ਸਾਹਮਣੇ ਅੱਖਾਂ ਚੱਕ ਕੇ ਖੜ੍ਹ ਸਕਦੇ ਹਾਂ? ਉੱਥੇ ਤਾਂ ਸੁਰਖਰੂ ਹੋ ਕੇ ਜਾਣਾ ਨਾ। ਮਨੁੱਖ ਕਿਹਦੇ ਨਾਲ ਫੇਸ ਟੂ ਫੇਸ ਗੱਲ ਕਰਦਾ ਹੁੰਦਾ? ਜਿੱਥੇ ਉਹ ਬਿਲਕੁਲ ਕਲੀਅਰ ਹੁੰਦਾ, ਸਪਸ਼ਟ ਹੁੰਦਾ, ਸਾਫ਼ ਹੁੰਦਾ, ਨਿਰਮਲ ਹੁੰਦਾ, ਜਿੱਥੇ ਉਹਦੇ ਦਾਗ ਦੋਸ਼ ਹੋਣ, ਜਿੱਥੇ ਉਹ ਕਾਣਾ ਹੋਵੇ, ਉੱਥੇ ਉਹਦੇ ਤੋਂ ਅੱਖਾਂ ਚੁੱਕ ਕੇ ਗੱਲ ਹੁੰਦੀ ਨਹੀਂ। ਤੋ ਸਾਹਿਬ ਕਹਿੰਦੇ ਨੇ ਵੀ ਜਿਹੜੇ ਦੁਨੀਆ ਦੇ ਵਿੱਚ ਰਹਿੰਦੇ ਆ, ਮੋਹ ਪ੍ਰੀਤ ਅਤੇ ਸਵਾਦ ਦੇ ਵਿੱਚ ਹੀ ਲਿਪਤ ਰਹੇ, ਉਹਦੇ ਵਿੱਚ ਹੀ ਮਰਜ ਹੋਏ ਰਹੇ, ਪਰਮਾਤਮਾ ਉਹਨਾਂ ਨੇ ਵਿਸਾਰੀ ਰੱਖਿਆ, ਉਹਨਾਂ ਨੂੰ ਫਿਰ ਉਹਦੀ ਦਰਗਾਹ ਦੇ ਵਿੱਚ ਵੀ ਕੋਈ ਥਾਂ ਨਹੀਂ ਮਿਲੀ। ਅੱਗੇ ਸਾਹਿਬ ਕਹਿੰਦੇ ਨੇ, ਕਰਮ ਮਿਲੈ ਆਖਣ ਤੇਰਾ ਨਾਉ, ਜਿੱਤ ਲੱਗ ਤਰਨਾ ਹੋਰ ਨਹੀਂ ਥਾਉ। ਜੇ ਪਰਮਾਤਮਾ ਰਹਿਮਤ ਕਰੇ, ਹੁਣ ਇਸ ਸਾਰੇ ਦੇ ਵਿੱਚੋਂ ਜੇ ਆਜ਼ਾਦ ਹੋਣਾ ਚਾਹੁੰਦਾ ਮਨੁੱਖ, ਵੀ ਪਰਮਾਤਮਾ ਦੇ ਸ਼ੁਕਰ 'ਚ ਜੁੜਨਾ ਚਾਹੁੰਦਾ ਹੈ, ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਹ ਵੀ ਪਰਮਾਤਮਾ ਰਹਿਮਤ ਕਰੇ। ਕਰਮ ਦਾ ਮਤਲਬ ਹੁੰਦਾ ਉਹਦੀ ਨਦਰੇ ਕਰਮ, ਉਹਦੀ ਰਹਿਮਤ, ਉਹਦੀ ਬਖਸ਼ਿਸ਼, ਫਿਰ ਹੀ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰ ਸਕਦਾ। ਪਰਮਾਤਮਾ ਦੀ ਰਹਿਮਤ ਤੋਂ ਬਿਨਾਂ ਕਿਸੇ ਦੇ ਅੰਦਰੋਂ ਉਹਦੀ ਸਿਫਤ ਨਹੀਂ ਨਿਕਲਦੀ। ਇਹ ਮਨੁੱਖ ਦਾ ਆਪਣਾ ਯਤਨ ਨਹੀਂ ਹੈਗਾ ਵੀ ਉਹ ਵਾਹਿਗੁਰੂ ਕਰੀ ਜਾਏ। ਇਹ ਮਨੁੱਖ ਦਾ ਆਪਣਾ ਯਤਨ ਨਹੀਂ ਹੈਗਾ ਵੀ ਉਹ ਆਖੇ ਵੀ ਮੈਂ ਅੱਜ ਸਤਸੰਗਤ ਕਰਨੀ ਹੈ ਅਤੇ ਮੈਂ ਅੱਜ ਬਾਣੀ ਪੜ੍ਹਨੀ ਹੈ, ਮੈਂ ਆਹ ਕਰਨਾ। ਇਹ ਜਿਹੜੇ ਮਹਾਰਾਜ ਜੀ ਦੇ ਪ੍ਰੇਮ 'ਚ ਜੁੜੇ ਹੋਏ ਜੀ ਨੇ, ਉਹ ਇਸ ਗੱਲ ਤੋਂ ਬੜੇ ਸੁਚੇਤ ਹੁੰਦੇ ਨੇ। ਉਹ ਸੱਚੇ ਪਾਤਸ਼ਾਹ ਦਾ ਸ਼ੁਕਰ ਅਦਾ ਕਰਦੇ ਨੇ ਜਦੋਂ ਉਹਦੇ ਚੇਤੇ 'ਚ ਆਉਂਦਾ ਉਹਨਾਂ ਦੇ, ਵੀ ਮਹਾਰਾਜ ਸ਼ੁਕਰ ਹੈ ਤੂੰ ਧਿਆਨ 'ਚ ਆਇਆ ਸਾਡੇ, ਤੂੰ ਰਹਿਮਤ ਕੀਤੀ, ਬਾਣੀ ਪੜ੍ਹਾ ਲਈ, ਤੂੰ ਰਹਿਮਤ ਕੀਤੀ, ਸੰਗਤ 'ਚ ਲੈ ਆਇਆ। ਵੀ ਇਹ ਸਾਰੀ ਉਹਦੀ ਨਦਰੇ ਕਰਮ ਹੈ, ਯਾਨੀ ਉਹਦੀ ਰਹਿਮਤ ਦੇ ਨਾਲ ਐਵੇਂ ਹੁੰਦਾ। ਮਨੁੱਖ ਦੇ ਆਪਣੇ ਯਤਨ ਸਦਕਾ ਨਹੀਂ, ਯਤਨ ਉਹਦੀ ਰਹਿਮਤ ਦੇ ਵਿੱਚੋਂ ਹੀ ਪੈਦਾ ਹੁੰਦਾ। ਜਿਹੜਾ ਆਪਣੇ ਉੱਦਮ ਪੈਦਾ ਹੁੰਦਾ ਨਾ, ਵੀ ਮਨੁੱਖ ਉਸ ਪਾਸੇ ਨੂੰ ਤੁਰਦਾ, ਇਹ ਵੀ ਪਰਮਾਤਮਾ ਰਹਿਮਤ ਕਰਦਾ ਤਾਂ ਹੁੰਦਾ। ਤੋ ਸਾਹਿਬ ਕਹਿੰਦੇ ਨੇ, ਕਰਮ ਮਿਲੈ ਆਖਣ ਤੇਰਾ ਨਾਮ, ਤੂੰ ਰਹਿਮਤ ਕਰਨਾ, ਫਿਰ ਤੇਰਾ ਨਾਮ ਤੇਰੀ ਸਿਫਤ ਤੋਂ ਸਲਾਹ ਕਰਨ ਨੂੰ ਜੀ ਕਰਦਾ, ਜਾਂ ਅੰਦਰੋਂ ਤੇਰੀ ਸਿਫਤ ਤੋਂ ਸਲਾਹ ਨਿਕਲਦੀ ਹੈ। ਜਿੱਤ ਲੱਗ ਤਰਨਾ ਹੋਰ ਨਹੀਂ ਥਾਓ, ਇਸ ਸਿਫਤ ਸਲਾਹ ਦੇ ਨਾਲ ਹੀ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ। ਜਾਂ ਐਵੇਂ ਕਹੀਏ ਵੀ ਵਿਕਾਰਾਂ ਦੀ, ਵਿਖਿਆ ਦੀ ਇਸ ਜੰਜਾਲ ਦੇ ਵਿੱਚੋਂ ਮਨੁੱਖ ਬਿਉਂਡ ਹੋ ਸਕਦਾ, ਆਜ਼ਾਦ ਹੋ ਸਕਦਾ, ਉੱਪਰ ਉੱਠ ਸਕਦਾ। ਜੇ ਕੋ ਡੂਬੈ ਫਿਰ ਹੋਵੇ ਸਾਰ। ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜੇ ਕੋਈ ਇਹਦੇ ਵਿੱਚ ਡੁੱਬ ਜਾਏ, ਵੀ ਮਨੁੱਖ ਸੰਸਾਰ ਦੇ ਵਿੱਚ ਜਦੋਂ ਰਹਿੰਦਾ ਹੈ, ਪਰਮਾਤਮਾ ਵਾਲੇ ਪਾਸਿਓਂ ਟੁੱਟਿਆ ਰਹਿੰਦਾ ਹੈ, ਮਾਇਆ ਵੀ ਬੰਧਨਾਂ ਦੇ ਵਿੱਚ ਜਿਉਣਾ ਸਿੱਖ ਜਾਂਦਾ ਹੈ, ਤਾਂ ਉਹਦੇ ਵਿੱਚ ਹੀ ਉਹ ਲਗਾਤਾਰ ਜਿਉਂਦਾ ਰਹਿੰਦਾ, ਡੁੱਬਿਆ ਰਹਿੰਦਾ ਉਹਦੇ ਵਿੱਚ, ਫਿਰ ਵੀ ਪਰਮਾਤਮਾ ਦੇ ਘਰ ਦੇ ਵਿੱਚ ਇੰਨੀ ਬਖਸ਼ਿਸ਼ ਅਤੇ ਰਹਿਮਤ ਹੈ ਵੀ ਉਹ ਮਨੁੱਖ ਦੀ ਫਿਰ ਵੀ ਸਾਰ ਲੈਂਦਾ। ਹੁਣ ਕਈ ਵਾਰੀ ਸਾਡੇ ਧਿਆਨ 'ਚ ਵੀ ਆਏਗਾ ਆਮ ਹੀ, ਵੀ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਤੁਹਾਡੀ ਪਰਮਾਤਮਾ ਨੇ ਸਾਰ ਲਈ, ਵੀ ਤੁਹਾਨੂੰ ਆਵਾਜ਼ ਮਾਰੀ? ਤਾਂ ਜਦੋਂ ਰੱਬ ਚੇਤੇ ਆਉਂਦਾ, ਸਾਧ ਸੰਗਤ ਜੀ ਕਿਸੇ ਰੂਪ ਦੇ ਵਿੱਚ ਆ ਜਾਏ, ਮਹਾਰਾਜ ਕਿਸੇ ਰੂਪ ਦੇ ਵਿੱਚ ਸੰਗਤ 'ਚ ਲੈ ਕੇ ਜਾਣ, ਬਾਣੀ ਪੜ੍ਹਾ ਲੈਣ, ਉਹ ਪਰਮਾਤਮਾ ਦੀਆਂ ਪੋਜੀਟਿਵ ਰਿਫਲੈਕਸ਼ਨਸ ਹੀ ਨੇ, ਉਹਦੇ ਸੁਨੇਹੇ ਹੀ ਨੇ, ਜਿਹਦੇ ਨਾਲ ਉਹ ਸਾਨੂੰ ਵਾਰ ਵਾਰ ਜਗਾਉਂਦਾ ਹੈ ਔਰ ਸਾਡੀ ਸਾਰ ਲੈਂਦਾ ਹੈ, ਜਿਹੜੇ ਅਸੀਂ ਸੰਸਾਰ ਦੇ ਮੋਹ ਮਾਇਆ ਦੇ ਵਿੱਚ ਜ਼ਿਆਦਾ ਫਿਰ ਡੁੱਬ ਜਾਂਦੇ ਹਾਂ। ਤੋ ਉਹਦੇ ਨਾਲ ਇਹ ਸਮਝ ਇੱਕ ਮਨੁੱਖ ਨੂੰ ਐਵੇਂ ਇਸ ਰੂਪ ਦੇ ਵਿੱਚ ਆ ਸਕਦੀ ਹੈ ਵੀ ਪਰਮਾਤਮਾ ਵਾਰ ਵਾਰ ਸੁਨੇਹਾ ਤੇ ਦਿੰਦਾ, ਪਰ ਉਸ ਸੁਨੇਹੇ ਪ੍ਰਤੀ ਜਦੋਂ ਅਸੀਂ ਚੇਤਨ ਹੋ ਗਏ, ਸਾਡੇ ਅੰਦਰ ਉਹ ਜਾਗ ਲੱਗ ਗਈ, ਫਿਰ ਮਨੁੱਖ ਪਰਮਾਤਮਾ ਦੇ ਸ਼ੁਕਰ ਦੇ ਵਿੱਚ ਜੁੜ ਜਾਂਦਾ ਹੁੰਦਾ। ਤੋ ਸਾਹਿਬ ਕਹਿੰਦੇ ਨੇ ਜੇ ਕੋਈ ਡੁੱਬੈ ਫਿਰ ਹੋਵੇ ਸਾਰ, ਉਹ ਤਾਂ ਡੁੱਬਣ ਵਾਲਿਆਂ ਦੀ ਵੀ ਸਾਰ ਲੈਣ ਦੀ ਸਮਰੱਥਾ ਰੱਖਦਾ ਔਰ ਲੈਂਦਾ ਵੀ ਹੈ। ਨਾਨਕ ਸਾਚਾ ਸਰਬਦਾਤਾਰ। ਫਾਈਨਲੀ ਕੀ ਹੈ ਗੁਰੂ ਨਾਨਕ ਸਾਹਿਬ ਸੁੱਚੇ ਪਾਤਸ਼ਾਹ ਕੀ ਕਹਿੰਦੇ ਨੇ ਵੀ ਉਹ ਪਰਮਾਤਮਾ ਹੀ ਸਰਵੋਤਮ ਹਸਤੀ ਹੈ, ਸਭ ਤੋਂ ਉੱਚਾ, ਸਦਾ ਥਿਰ ਰਹਿਣ ਵਾਲਾ, ਸੱਚ ਹੈ, ਸਰਬਦਾਤਾਰ, ਜਿਹੜਾ ਸਭ ਨੂੰ ਦਾਤਾਂ ਦੇਣ ਵਾਲਾ, ਯਾਨੀ ਸਭ ਕੁਝ ਜੋ ਵੀ ਜਿਸ ਰੂਪ ਦੇ ਵਿੱਚ ਇਸ ਬ੍ਰਹਿਮੰਡ ਦੇ ਵਿੱਚ ਕਿਸੇ ਨੂੰ ਕੁਝ ਪ੍ਰਾਪਤ ਆ, ਉਹਦੇ ਪਿੱਛੇ ਜਿਹੜੀ ਤਾਕਤ ਕੰਮ ਕਰ ਰਹੀ ਹੈ, ਜਿਹੜਾ ਦਾਤਾ ਬੈਠਾ, ਉਹ ਪਰਮਾਤਮਾ ਖੁਦ ਹੈ। ਤੋ ਮਨੁੱਖ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਗੁਰੂ ਦੇ ਬੋਲਾਂ ਰਾਹੀਂ ਹੁੰਦਾ ਹੈ ਵੀ ਪਰਮਾਤਮਾ ਹੀ ਕਰਨ ਕਾਰਨ ਸਮਰੱਥ ਹੈ, ਉਹੀ ਰਹਿਮਤ ਕਰਦਾ, ਤੋ ਸੁਭਾਵਿਕ ਤੌਰ 'ਤੇ ਮਨੁੱਖ ਦੇ ਮਨ ਦੇ ਵਿੱਚੋਂ ਪਰਮਾਤਮਾ ਦੇ ਪ੍ਰਤੀ ਰੋਸ ਖਤਮ ਹੁੰਦੇ ਨੇ ਔਰ ਉਹਦਾ ਮਨ ਜਿਹੜਾ ਉਹ ਪਰਮਾਤਮਾ ਦੇ ਸ਼ੁਕਰ ਵਿੱਚ ਜੁੜਦਾ। ਜਿਹਨੂੰ ਸ਼ੁਕਰਾਨਾ ਕਰਨਾ ਆ ਜਾਏ, ਸਹਿਜ ਰੂਪ ਦੇ ਵਿੱਚ
ਉਹ ਸਹੀ ਰਾਹ ਦੇ ਉੱਤੇ ਤੁਰ ਪੈਂਦਾ ਹੈ ਪਰਮਾਤਮਾ ਦੇ ਗੁਰੂ ਦੇ ਦੱਸੇ ਰਾਹ 'ਤੇ। ਉਹਨੂੰ ਰੱਬ ਦੀ ਸਿਫਤ ਸਲਾਹ ਚੰਗੀ ਲੱਗਦੀ ਹੈ, ਬਾਬੇ ਦੀ ਬਾਣੀ ਉਹਨੂੰ ਚੰਗੀ ਲੱਗਦੀ ਹੈ, ਰੱਬ ਦਾ ਨਾਂ ਉਹਨੂੰ ਚੰਗਾ ਲੱਗਦਾ, ਉਹਨੂੰ ਸਤਸੰਗਤ ਕਰਨੀ ਚੰਗੀ ਲੱਗਦੀ ਹੈ। ਤੋ ਇਹ ਜਿਹੜੇ ਗੁਣ ਨੇ ਇਹਨਾਂ ਸਦਕਾ ਅੰਦਰ ਹੋਰ ਗਹਿਰਾ ਉਤਰਦਾ ਜਾਂਦਾ ਪਰਮਾਤਮਾ ਵਾਲੇ ਪਾਸੇ ਨੂੰ। ਔਰ ਸਾਧ ਸੰਗਤ ਜੀ ਮਹਾਰਾਜ ਜੀ ਜਿਵੇਂ ਦੱਸਦੇ ਨੇ ਗੁਰਬਾਣੀ ਦੇ ਵਿੱਚ, ਜਿਹਨੂੰ ਗੁਰੂ ਦੇ ਪ੍ਰੇਮ ਦੇ ਵਿੱਚ ਜਿਉਣਾ ਆ ਗਿਆ, ਸਹੀ ਰੂਪ ਦੇ ਵਿੱਚ ਉਹਨੂੰ ਸੰਸਾਰ ਦੇ ਵਿੱਚ ਜਿਉਣ ਦੀ ਜਾਚ ਆ ਗਈ, ਜਿਹਨੇ ਗੁਰੂ ਨੂੰ ਵੀ ਸਾਰੀ ਰੱਖਿਆ, ਸੰਸਾਰ ਨੂੰ ਉਹਨੇ ਜਿਸ ਮਰਜ਼ੀ ਰੂਪ ਦੇ ਵਿੱਚ ਭੋਗਿਆ, ਐਕਸਪੀਰੀਅੰਸ ਕੀਤਾ, ਉਹ ਕਿਸੇ ਵੀ ਉਹਦੇ ਲੇਖੇ ਨਹੀਂ ਸੀ, ਕਿਉਂਕਿ ਉਹਦੇ ਪੱਲੇ ਸਿਰਫ ਖੁਆਰੀ ਪੈਂਦੀ। ਤੋ ਮਹਾਰਾਜ ਰਹਿਮਤ ਕਰਨ ਸੱਚੇ ਪਾਤਸ਼ਾਹ ਜੀ ਸਾਨੂੰ ਰੋਜ਼ ਜਪਜੀ ਸਾਹਿਬ ਦੇ ਵਿੱਚ ਇੱਕ ਉਪਦੇਸ਼ ਲਾਸਟ ਪੰਕਤੀ 'ਚ ਦ੍ਰਿੜ ਕਰਾਉਂਦੇ ਨੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁੱਖ ਉਜਲੇ ਖੇਤੀ ਛੁੱਟੀ ਨਾਲ, ਵੀ ਕਿਹੜੇ ਮੁੱਖ ਜਿਹੜੇ ਨੇ ਉਹ ਪਰਮਾਤਮਾ ਦੇ ਦਰਬਾਰ 'ਚ ਉਜਲੇ ਹੋਣਗੇ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਨਾਮ ਧਿਆਇਆ, ਜਿਹੜੇ ਉਹਦੇ ਪ੍ਰੇਮ 'ਚ ਜੁੜੇ ਰਹੇ, ਔਰ ਕਿਹੜੇ ਉਹਦੇ ਦਰਬਾਰ ਦੇ ਵਿੱਚ ਜਿਹੜੇ ਨੇ ਦੋਸ਼ੀ ਠਹਿਰਾਏ ਜਾਣਗੇ, ਜਿਹੜੇ ਦੁਨਿਆਵੀ ਪ੍ਰੀਤ ਦੇ ਵਿੱਚ ਜੀਵੇ, ਮੋਹ ਮਾਇਆ ਦੇ ਵਿੱਚ ਜੀਵੇ, ਔਰ ਪਰਮਾਤਮਾ ਨੂੰ ਉਹਨਾਂ ਨੇ ਵਿਸਾਰੀ ਰੱਖਿਆ। ਤੋ ਕਿਰਪਾਲੂ ਪਾਤਸ਼ਾਹ ਜੀ ਰਹਿਮਤ ਕਰਨ, ਗੁਰਬਾਣੀ ਉਪਦੇਸ਼ ਰਾਹੀਂ ਸਾਡੇ ਅੰਦਰ ਨਾਮ ਦੇ ਨਾਲ, ਬਾਣੀ ਦੇ ਨਾਲ, ਗੁਰੂ ਅਤੇ ਸੰਗਤ ਦੇ ਨਾਲ ਜੁੜਨ ਦੀ ਜਾਗ ਲਾਉਂਦੇ ਨੇ। ਕਿਰਪਾਲੂ ਪਾਤਸ਼ਾਹ ਜੀ ਇਹ ਦਾਤ ਸਾਡੇ ਸਾਰਿਆਂ ਦੀ ਝੋਲੀ ਪਾਈ ਰੱਖਣ, ਆਪਣੇ ਚਰਨਾਂ ਨਾਲ ਜੋੜੀ ਰੱਖਣ, ਸ਼ਬਦ ਦਾ ਪ੍ਰੇਮ ਸਾਡੇ ਹਿਰਦਿਆਂ 'ਚ ਵੱਸੇ। ਫੁੱਲ ਚੁੱਕ ਦੀ ਖਿਮਾ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾਲੂ ਜੀ ਕਾ ਬੇਅੰਤ ਸ਼ੁਕਰ। ਫੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।